सरकारी दफ्तरां च लगातार घपलियां करके आम लोकां नूं लुटना एक पेशा जिहा बन गया, जिसके चलदे जनता नूं ते सरकारां नूं लखां दा चूना लगाया जा रहा है। अजिहा एक मामला अमृतसर दे आरटीए दफ्तरां च हो रहे घपलियां दा है, जिसके चलदे आरटीआई एक्टिविस्ट वरुण सरीन वल्लों वड्डा खुलासा कीता कि अमृतसर दे ट्रांसपोर्ट दफ्तरां विखे रोजाना हो रहे घपलियां दा अज असीं खुलासा कीता है, जिसके चलदे असीं ट्रैफिक अधिकारियां वल्लों कीते असली चलान लैके आरटीए अधिकारी दे दफ्तर पहुंचे हां। उत्थे इह चलान दे दस्तावेज पहला ही उन्हां दे मालिकां तक पहुंचा दित्ते जांदे ने ते 5000 दे चलान दी एवज ट्रांसपोर्ट अथॉरिटी दे दफ्तरां दे बाहर बैठे एजेंट उन्हां दे दस्तावेज 1000 रुपए विच मुहैया करवाउंदे ने, जिसके चलदे सरकार नूं रोज 2.5 लाख ਅਤੇ ਮਹੀਨੇ ਦਾ ਅੰਦਾਜ਼ਨ 75 ਲੱਖ ਦਾ ਚੂਨਾ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਦੋਂ ਅਸੀਂ ਅਸਲ ਚਲਾਨ ਲੈ ਕੇ ਪਹੁੰਚੇ ਤਾਂ ਆਰਟੀਏ ਦਫ਼ਤਰ ਵਿੱਚ ਉਕਤ ਦਸਤਾਵੇਜ਼ ਮੌਜੂਦ ਹੀ ਨਹੀਂ ਸਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਸਗੋਂ ਇਹਨਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਇੱਕ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਮੈਂ ਅੱਜ ਆਰਟੀਏ ਅੰਮ੍ਰਿਤਸਰ ਆਇਆ ਵਾਂ। ਕੁਝ ਚਲਾਨ ਮੇਰੇ ਹੱਥ 'ਚ, ਜਿੱਦਾਂ ਤੁਸੀਂ ਵੇਖ ਸਕਦੇ ਹੋ, ਇਹ ਚਲਾਨ ਨੇ। ਅਸੀਂ ਅੱਜ ਇੱਥੇ ਆਏ ਹਾਂ ਜੀ ਇੱਕ ਬਹੁਤ ਵੱਡਾ ਖੁਲਾਸਾ ਕਰਨ, ਜਿਹੜਾ ਕਿ ਸਿੱਧਾ ਸਿੱਧਾ ਸਰਕਾਰ ਦੇ ਰੈਵਿਊ ਦਾ ਘਪਲਾ ਕੀਤਾ ਜਾ ਰਿਹਾ ਸੀਗਾ। ਇੱਥੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੀ ਟਰੈਕ ਵਾਲੀ ਵੀਡੀਓ ਜਿਹੜਾ ਆਪਾਂ ਪਿੱਛੇ ਤੁਹਾਨੂੰ ਵਿਖਾਇਆ ਸੀਗਾ, ਟਰੈਕ 'ਤੇ ਬਹੁਤ ਵੱਡਾ ਕਪਲਾ, ਉਹਨਾਂ ਨੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਆਪਣੇ ਚਲਾਨ ਦੇ ਕੇ ਗਏ ਨੇ। ਇੱਥੇ ਕੀ ਕਰਦੇ ਨੇ ਜੀ, ਇੱਥੇ ਜਿਵੇਂ ਕਿਸੇ ਦਾ ਚਲਾਨ ਹੋਇਆ ਵਾ, ਇਹ 5000 ਦਾ ਜੇ ਕਿਸੇ ਦਾ ਚਲਾਨ ਹੋ ਗਿਆ, ਇੱਥੇ ਇਹਨਾਂ ਨੇ ਏਜੰਟ ਪਾਏ ਨੇ। ਏਜੰਟ ਜਿਹੜੇ ਇਹਨਾਂ ਨੇ ਪਾਏ ਨੇ ਉਹ ਕੀ ਕਰਦੇ ਨੇ ਕਿ ਇਹਨਾਂ ਕੋਲ 1000 ਰੁਪਈਆ ਲੈ ਕੇ ਇਹਨਾਂ ਦਾ 5000 ਦਾ ਚਲਾਨ ਕੱਢ ਦਿੰਦੇ ਨੇ, ਅਤੇ ਚਲਾਨ ਦੀ ਸਟਾਰਟਿੰਗ 5000, 10000, ਬਹੁਤ ਜ਼ਿਆਦਾ ਤੋਂ ਜ਼ਿਆਦਾ ਵੀ ਹੋ ਸਕਦੀ ਆ, ਠੀਕ ਆ ਕਿ ਨਹੀਂ। ਅਤੇ ਇਹ ਉਹ ਕੱਢ ਦਿੰਦੇ ਨੇ। ਆਪਾਂ ਅੱਜ ਇਹਨਾਂ ਨੂੰ ਉਹ ਆਏ ਹਾਂ ਚਲਾਨ ਕਢਵਾਉਣ, ਇੱਥੇ ਅੰਦਰ ਰੰਧਾਵਾ ਜੀ ਬੈਠੇ ਨੇ ਸਰਦਾਰ ਜੀ, ਅਸੀਂ ਉਹਨਾਂ ਨੂੰ ਚਲਾਨ ਦਿੱਤਾ ਇੱਕ, ਅਸੀਂ ਕਹਿ ਦਈ ਜੀ ਡਾਕੂਮੈਂਟ ਕੱਢ ਦਿਓ, ਉਹਨਾਂ ਕੋਲ ਡਾਕੂਮੈਂਟ ਨਹੀਂ ਨਿਕਲਿਆ, ਫਿਰ ਅਸੀਂ ਦੂਜਾ ਚਲਾਨ ਦਿੱਤਾ, ਤੀਜਾ ਚਲਾਨ ਦਿੱਤਾ, ਇਹਨਾਂ ਕੋਲ ਇਹਨਾਂ ਦਾ ਡਾਕੂਮੈਂਟ ਨਹੀਂ ਹੈਗਾ, ਕਿਉਂਕਿ ਇਹਨਾਂ ਦੇ ਡਾਕੂਮੈਂਟ ਓਨਰਾਂ ਕੋਲ ਪਹੁੰਚ ਚੁੱਕੇ ਨੇ ਅਤੇ ਓਰੀਜਨਲ ਚਲਾਨ ਮੇਰੇ ਕੋਲ ਨੇ। ਇਹ ਬਹੁਤ ਵੱਡੇ ਲੈਵਲ ਦੇ, ਰੋਜ਼ ਦਾ ਜੇ ਘੱਟੋ ਘੱਟ ਵੀ ਐਸਟੀਮੇਟ ਲਾਇਆ ਜਾਵੇ, ਜੇ ਚਲਾਨ 50 ਚਲਾਨ ਵੀ ਰੋਜ਼ ਦੇ ਭੁਗਤਦੇ ਨੇ ਤਾਂ 2.5 ਲੱਖ ਰੁਪਏ ਦਾ ਰੋਜ਼ ਦਾ ਘਪਲਾ ਕਰਦੇ ਨੇ। ਜੇ 2.5 ਲੱਖ ਦਾ ਘਪਲਾ ਰੋਜ਼ ਦਾ ਹੁੰਦਾ, 75 ਲੱਖ ਰੁਪਈਆ ਮਹੀਨਾ। ਆਪਾਂ ਇਹਦੇ ਸੰਬੰਧ 'ਚ ਆਰਟੀਏ ਸਾਹਿਬ ਅਰਸ਼ਦੀਪ ਜੀ ਨੂੰ ਵੀ ਮਿਲੇ ਹਾਂ, ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਵਾ ਕਿ ਆਪਾਂ ਇਹਦੇ 'ਤੇ, ਤੁਸੀਂ ਸਾਨੂੰ ਰਿਟਨ ਕੰਪਲੇਂਟ ਦਿਓ, ਅਸੀਂ ਇਹਦੇ 'ਤੇ ਕਾਰਵਾਈ ਕਰਾਂਗੇ। ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਅਰਸ਼ਦੀਪ ਜੀ ਨੂੰ ਕਿ ਜੇ ਉਹਨਾਂ ਦੇ ਸੁਪਰਵਿਜ਼ਨ 'ਚ ਥੱਲੇ ਇਹ ਕੰਮ ਹੋ ਰਿਹਾ ਤਾਂ ਕੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿਆ ਸੀਗਾ ਕਿ ਇਹ ਸਭ ਚੱਲਣ ਦਿਆ? ਇਹ ਬਹੁਤ ਪੁਰਾਣੇ ਟਾਈਮ ਤੋਂ ਚੱਲਣ ਦਿਆ, ਬਹੁਤ ਜਿਹੜੇ ਅੰਦਰ ਰੰਧਾਵਾ ਜੀ ਬੈਠੇ ਨੇ ਪਿਛਲੇ 5 ਸਾਲ ਤੋਂ ਇੱਕੋ ਸੀਟ 'ਤੇ ਨੇ, ਇਹਨਾਂ ਦੀ ਕਿਉਂ ਨਹੀਂ ਟ੍ਰਾਂਸਫਰ ਕੀਤੀ ਗਈ ਅੱਜ ਤੱਕ? ਕਿਉਂਕਿ ਇਹ ਡਿਪਾਰਟਮੈਂਟ ਦੇ ਕਮਾਓ ਪੁੱਤ ਨੇ, ਤਾਂ ਕਰਕੇ ਇਹਨਾਂ ਦੀ ਟ੍ਰਾਂਸਫਰ ਨਹੀਂ ਕੀਤੀ ਗਈ। ਇੱਥੇ ਮੈਂ ਅੱਜ ਇੱਕ ਅਪੀਲ ਆਪਣੇ ਟ੍ਰਾਂਸਪੋਰਟ ਮਿਨਿਸਟਰ ਰਾਜਾ ਬੜਿੰਗ ਜੀ ਨੂੰ ਵੀ ਕਰਨਾ ਚਾਹਾਂਗਾ ਕਿ ਆਪਾਂ ਜਦੋਂ ਟਰੈਕ ਫੜਿਆ ਸੀ ਉਹਦੀਆਂ ਰਿਟਰਨ ਦੀਆਂ ਕੰਪਲੇਂਟਾਂ, ਮੇਲਾਂ, ਇਹਨਾਂ ਨੂੰ ਫੋਨ ਵੀ ਕੀਤੇ, ਬਟ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਅੱਜ ਆਪਾਂ ਇਹ ਇੰਨਾ ਵੱਡਾ ਘਪਲਾ ਉਜਾਗਰ ਕਰਨੇ ਹਾਂ, 2.5 ਲੱਖ ਰੋਜ਼ ਦਾ, 75 ਲੱਖ ਰੁਪਈਆ ਮਹੀਨਾ ਬਣ ਗਿਆ, 75 ਲੱਖ ਰੁਪਈਆ ਮਹੀਨਾ ਸਰਕਾਰ ਦਾ ਰੈਵਨਿਊ ਖਾਧਾ ਆ ਰਿਹਾ ਵਾ, ਅਤੇ ਇਹਦੇ 'ਤੇ ਕੋਈ ਐਕਸ਼ਨ ਨਹੀਂ? ਇਹਨਾਂ ਇਹ ਕਮਾਓ ਪੁੱਤ ਨੇ, ਇਹ ਕਿੰਨਾਂ ਨੂੰ ਭਰਦੇ ਨੇ? ਇਹ ਅੱਜ ਉਹਨਾਂ ਰੰਧਾਵਾ ਜੀ ਨੇ ਆਪਣੇ ਮੂੰਹੋਂ ਬੋਲਿਆ ਵੀਡੀਓ 'ਚ ਕਿ ਅਸੀਂ ਜੀ ਮਹੀਨੇ ਭਰ ਦਈਏ ਤਾਂ ਠੀਕ ਆ, ਇਹਦਾ ਮਤਲਬ ਇਹ ਡਿਪਾਰਟਮੈਂਟ ਮਹੀਨੇ ਭਰ ਕੇ ਅੱਜ ਤੱਕ ਬਚਦਾ ਆਇਆ ਵਾ। ਮੈਂ ਸਟੱਡੀ ਕਰ ਰਹਾ ਹੂੰ ਜੋ ਕਿ ਮਤਲਬ ਜੇ ਚਾਲਾਨ ਆਏ 25 ਅਪ੍ਰੈਲ ਕੋ ਆਏ 2021 ਕੋ, ਜੋ ਕਿ ਡਰਾਈਵਰ ਨੇ ਮਤਲਬ ਕੱਲ੍ਹ ਯਹਾਂ ਸੇ ਮਤਲਬ ਦੂਸਰੇ ਡਰਾਈਵਰ ਸੇ ਕੰਟੈਕਟ ਕੀਆ, ਉਸਨੇ ਮੁਝਸੇ ਕੰਟੈਕਟ ਕੀਆ, ਕਿਉਂਕਿ ਉਸਕੇ ਪਾਸ ਇਤਨੀ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਹੈ ਕਿ ਵੋ ਯਹਾਂ ਪੇ ਆ ਸਕੇ ਔਰ ਆਪਣੀ ਜੋ RC ਹੈ ਯਹਾਂ ਪੇ ਇਨਕੇ ਉਸਕੇ ਡਾਕੂਮੈਂਟਸ ਹੈ ਵੋ ਯਹਾਂ ਪੇ ਲੈ ਸਕੇ। ਤੋ ਮਤਲਬ ਉਸਨੇ ਮੇਰੇ ਸੇ ਕੰਟੈਕਟ ਕੀਆ, ਅਭੀ ਮੈਂ ਯਹਾਂ ਪੇ ਆਇਆ ਹੂੰ, ਤੋ ਜਬ ਵੀ ਮੈਨੇ ਡਾਕੂਮੈਂਟ ਅੰਦਰ ਦੇ ਦਿਆ ਹੈ ਤੋ ਮੇਰੇ ਪਾਸ ਇੱਕ ਏਜੰਟ ਆਤਾ ਹੈ, ਬਸ ਕਹਿਤਾ ਇਤਨਾ ਆਪ ਸਿਰਫ ਇਤਨਾ ਪੁੱਛੋ ਫਾਈਨ ਕਿਤਨਾ ਹੁਆ ਹੈ, ਤੋ ਬਸ ਫਾਈਨ ਹੀ ਪੁੱਛਣਾ। ਜਬ ਮੈਨੇ ਅੰਦਰ ਉਸਕੋ ਪੁੱਛਾ ਸਰ ਜੀ ਕੋ, ਸਰਦਾਰ ਸਰ ਕੋ, ਤੋ ਵੋ ਕਹਿ ਰਹਾ ਹੈ 20000 ਹੋ ਜਾਏਗਾ। ਮੈਨੇ ਉਸ ਬੋਲਾ ਸਰ ਕਮ ਨਹੀਂ ਹੋ ਜਾਏਗਾ, ਉਸਨੇ ਬੋਲਾ ਨਹੀਂ ਕੁਛ ਨਹੀਂ ਹੋ ਜਾਏਗਾ, ਕਿਉਂਕਿ ਮੈਨੇ ਅਗਰ ਮੈਂ ਗਲਤ ਪੁੱਛ ਰਹਾ ਹਾਂ ਤਾਂ ਉਸਨੇ ਕਿਸੇ ਕੋ ਫੋਨ ਕੀਆ ਅੰਦਰ ਸੇ, ਉਸਨੇ ਬੋਲਾ ਨਹੀਂ 20000 ਹੋ ਜਾਏਗਾ। ਤੋ ਫਿਰ ਜਬ ਉਹ ਏਜੰਟ ਮਤਲਬ ਮੈਂ ਅੰਦਰ ਸੇ ਸੋਚ ਰਹਾ ਹਾਂ, ਜਬ ਮੇਰੇ ਪਾਸ ਏਜੰਟ ਆਇਆ ਉਸਨੇ ਬੋਲਾ 10000, ਤੋ ਇਹ ਬੋਲ ਰਹਾ ਹੈ 20000, ਤੋ ਮਸਲਾ ਕਿਆ ਹੈ? ਤੋ ਮਤਲਬ ਯਹਾਂ ਪੇ ਜੋ ਸਰਕਾਰ ਹੈ ਵੋ ਕਹਾਂ ਸੋ ਰਹੀ ਹੈ, ਕਿਉਂਕਿ ਮੈਂ ਵੀ ਮਤਲਬ ਅਗਰ ਮੈਂ ਨਹੀਂ ਆਤਾ ਵੋ ਅਗਰ ਉਹ ਕਸ਼ਮੀਰ ਸੇ ਹੀ ਆਤਾ ਤੋ ਇੱਕ ਤੋਂ ਹੋ ਜਾਤਾ ਹੈ 2-4 ਹਜ਼ਾਰ ਉਸਕੋ ਮਤਲਬ ਵੋ ਲੱਗ ਜਾਤਾ ਹੈ, ਕਿਰਾਇਆ ਲੱਗ ਜਾਤਾ ਹੈ ਆਨੇ ਜਾਣੇ ਕਾ, ਤੋ ਦੂਸਰਾ ਵੋ ਇੱਕ ਤੋਂ ਵੋ ਮਜ਼ਦੂਰੀ ਕਰਤਾ ਹੈ, ਦੂਸਰੇ ਵੋ ਵਹਾਂ ਸੇ 20000 ਯਹਾਂ ਪੇ ਫਿਰ ਉਸਕੋ ਜੁਰਮਾਨਾ ਪੜੇਗਾ। ਅਗਰ ਇਹ ਮਤਲਬ ਆਫੀਸ਼ੀਅਲੀ ਕਾਮ ਨਹੀਂ ਕਰ ਸਕਤੇ ਤੋ ਫਿਰ ਅਨਆਫੀਸ਼ੀਅਲੀ ਕਿਉਂ ਕਾਮ ਕਰਤੇ ਹੈ ਐਸੇ? ਅਗਰ ਇਹ ਐਸੇ ਆਫੀਸ਼ੀਅਲੀ ਹਮੇ ਦੇ 20000 ਨਹੀਂ ਮੈਂ ਨਹੀਂ ਦੇ ਸਕਤਾ, ਤੋ ਏਜੰਟ ਨੇ ਹਮੇ ਕੈਸੇ ਬੋਲਾ ਹੈ? ਤੋ ਇਹ ਹੋਤਾ ਹੈ। ਇਸ ਧਿਆਨ ਦੇ ਵਿੱਚ ਲਿਆਂਦੀ ਹੈ ਕਿ ਕੁਛ ਚਲਾਨ ਨੇ ਜਿਹੜੇ ਚਲਾਨ ਵਿੰਡੋ ਤੋਂ ਉਹਨਾਂ ਦੇ ਏਜੰਟ ਦਾ ਜਿਹੜਾ ਉਹਨਾਂ ਨੇ ਖਰਚਾ ਲਾਇਆ ਕਿ ਸ਼ਾਇਦ ਜਿਹੜੇ ਸਾਡੇ ਡੀਲਿੰਗ ਕਲਰਕ ਨੇ ਉਹ ਕੁਛ ਡਾਕੂਮੈਂਟਸ ਉਹਨਾਂ ਦੇ ਮਿਸਿੰਗ ਨੇ, ਜਿਹੜੇ ਓਰੀਜਨਲ ਡਾਕੂਮੈਂਟਸ ਨੇ ਉਹ ਮਿਸਿੰਗ ਨੇ। ਸੋ ਉਹਨਾਂ ਨੇ ਐਲੀਗੇਸ਼ਨ ਲਾਈ ਹੈ ਕਿ ਸਾਨੂੰ ਉਹ ਡਾਕੂਮੈਂਟਸ ਬਾਰੇ ਐਗਜੈਕਟਲੀ ਦੱਸਿਆ ਜਾਏ।
तो मैं उन्होंने भी बेनती की है कि सानू एक रिटर्न जी है ये जो रिटर्न जो भी कहना चाहते हैं जो भी एलीगेशन लाना चाहते हैं वो संबंधी सानू एक रिटर्न दरखास्त देन ता जो ढुकवी कार्रवाई। लगातार हर डिपार्टमेंट च हो रहे कपलियां तो यह साफ हो जाता है कि साडा सिस्टम किन्ना भ्रष्ट हो चुका है जिसके कारण हर सरकारी डिपार्टमेंट जनता का भरोसा खो चुका है। अमृतसर तो मेजर सिंह की रिपोर्ट स्काई न्यूज़ पंजाब। जे तुसी एक्सप्रेस एंट्री दे विच या PNP दे थ्रू या LMIA दे थ्रू या जॉब ऑफर दे थ्रू जाके पक्के तौर ते सेटल होना चाहते हो या तुसी स्टूडेंट वीजा ते कैनेडा या ऑस्ट्रेलिया स्कॉलरशिप दे नाल घट फीस ते तुहाडे एजुकेशन च गैप है ते तुसी पढ़ के जे सेटल होने का सपना पूरा करना चाहते हो तुसी हेठ लिखे नंबर ते कॉल कर सकते हो। खबर की ताज़ा अपडेट के लिए साडे YouTube चैनल नूं सबसक्राइब करो, Facebook चैनल नूं लाइक अते शेयर करो।